ਤੇ ਨਾਜ਼ਰੀ ਉਹ ਦਿਨ ਫੇਰ ਆ ਗਿਆ ਏ ਮੇਰੀ ਸ਼ਕਲ ਬੜੇ ਲੋਕਾਂ ਨੂੰ ਮਨਹੋਸ ਲੱਗਦੀ ਏ ਲੇਕਿਨ ਕਹਿਣਾ ਤਾਂ ਪੈਂਦਾ ਨਾ ਹੁਣ ਕਮੈਂਟ ਕਰੇ ਬਗੈਰ ਤੇ ਨਹੀਂ ਮੈਂ ਰਹਿ ਸਕਦੀ ਤੇ ਪਾਕਿਸਤਾਨ ਇੰਡੀਆ ਦਾ ਮੈਚ ਢਿੱਡ ਜਿਹੜਾ ਮੇਰਾ ਉਹ ਖਰਾਬ ਹੋ ਗਿਆ ਹੋਇਆ ਮੁਕੰਮਲ ਆਈਲਾਈਨਰ ਵੀ ਖਰਾਬ ਹੋ ਗਿਆ ਹੋਇਆ ਔਰ ਮੂੰਹ ਤੇ ਦਾਣੇ ਨਿਕਲਦੇ ਪਏ ਨੇ ਤੇ ਸਾਹ ਮੈਨੂੰ ਆਉਂਦਾ ਨਹੀਂ ਪਿਆ ਤੇ ਜੇ ਅਸੀਂ ਬਚ ਗਏ ਦਪਾਰ ਤੇ ਜਿਹੜਾ ਨਾ ਮੁਬਾਰਕਬਾਦ ਆਪਣੀ ਟੀਮ ਨੂੰ ਜਾਂ ਉਹਨਾਂ ਨੂੰ ਦੇ ਦਿਆਂਗੀ which reminds me ਕਿ ਜੇ ਅਸੀਂ ਹਾਰ ਗਏ ਇੰਡੀਆ ਤੇ ਅਗੇਂਸਟ ਤੇ ਉਹ ਬਿਲਕੁਲ ਉਹਨਾਂ ਦੇ ਪਿੱਛੇ ਨਾ ਕੁੱਤੇ ਬਣ ਕੇ ਨਾ ਪੈ ਜਾਣਾ ਉਹਨਾਂ ਦੀ ਫੈਮਲੀਆਂ ਦੇ ਪਿੱਛੇ ਵੀ ਮਤਲਬ ਉਹ ਵੀ ਖੇਡ ਨਹੀਂ ਆਏ ਨੇ ਤੇ ਅਸੀਂ ਵੀ ਖੇਡ ਨਹੀਂ ਆਏ ਆ ਤੇ ਕੁਝ ਵੀ ਹੋ ਸਕਦਾ ਹੈ ਇਸ ਤੋਂ ਬਾਅਦ ਵੀ ਹੋਰ ਵੀ ਮੈਚ ਨੇ ਆ ਅੱਜ ਟੂਰਨਾਮੈਂਟ ਮੋਕ ਨਹੀਂ ਜਾਣਾ ਤੇ ਪਲੀਜ਼ ਬੀ ਨਾਈਸ ਬੀ ਕਾਈਂਡ ਟੂ 뎀 ਠੀਕ ਹੈ ਨਾ ਔਰ ਤੁਹਾਨੂੰ ਬਹੁਤ ਗੁੱਸਾ ਆ ਜਾਂਦਾ ਤੇ ਦੋ ਚਾਰ ਗਾਲਾਂ ਕੱਢ ਦਿਓ ਕੋਲੀ ਨੂੰ ਸ਼ਰਮ ਆ ਦੂ ਪਾਕਿਸਤਾਨੀ ਆ ਜੋ ਆਮ ਸੌਰੀ ਇੰਡੀਆ ਬਟ ਸੋ ਹੇਅਰਸ ਟੂ ਮਾਈ ਟੀਮ and everyone else who is praying for the team jit gaye te theek hai na jit te te phir vi kfc si jit gaye te phir vi kfc si te all the best love you my team hun mera nationalism ho gaya bye